ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ। ਕੈਬਨਿਟ ਮੰਤਰੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਦਫ਼ਤਰ ਪਹੁੰਚ ਕੇ ਤੇ ਸ਼ਹਿਰ ਦੀ ਸਾਫ਼ ਸਫਾਈ ਲਈ ਸ਼ਹਿਰ ਦੇ 13 ਵਾਰਡਾਂ ਲਈ ਈ ਰਿਕਸ਼ਾ ਦਾ ਉਦਘਾਟਨ ਕਰ ਜਨਤਾ ਦੇ ਸਪੁਰਦ ਕੀਤਾ। ਬਾਜਵਾ ਵੱਲੋਂ ਕਿਹਾ ਗਿਆ ਕਿ ਸ਼ਹਿਰ ਦੇ ਕੂੜਾ ਡੰਪ ਲਈ 1,21,00,000 ਰੁਪਇਆ ਪਾਸ ਕਰ ਦਿੱਤਾ ਗਿਆ ਹੈ, ਜਿਸ ਨੂੰ ਸ਼ਹਿਰ ਦੇ ਬਾਹਰ ਕੂੜਾ ਡੰਪ ਬਣਾਉਣ ਲਈ ਵਰਤਿਆ ਜਾਵੇਗਾ। ਬੀਤੇ ਦਿਨੀ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਵੱਲੋਂ ਜੋ 5 ਕਰੋੜ ਦਾ ਮਤਾ ਪਾਸ ਕੀਤਾ ਗਿਆ ਸੀ, ਉਸ ਲਈ ਵੀ ਸਾਰੇ ਕੌਂਸਲਰਾਂ ਦਾ ਉਹਨਾਂ ਨੇ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਸਾਰਿਆਂ ਨੂੰ ਰਲ ਕੇ ਸ਼ਹਿਰ ਵੱਲ ਧਿਆਨ ਦੇਣਾ ਚਾਹੀਦਾ ਹੈ, ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਹਨਾਂ ਕੌਂਸਲਰਾਂ ਨੂੰ ਕਿਹਾ ਮੈਨੂੰ ਤੁਹਾਡਾ ਸਹਿਯੋਗ ਇੱਦਾਂ ਹੀ ਮਿਲਦੇ ਰਹਿਣਾ ਚਾਹੀਦਾ ਹੈ, ਪੈਸੇ ਦੀ ਕਮੀ ਮੈਂ ਆਉਣ ਨਹੀਂ ਦੇਵਾਂਗਾ। ਬਾਜਵਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਹਾਊਸ ਟੈਕਸ ਜ਼ਰੂਰ ਜਮ੍ਹਾਂ ਕਰਵਾਉਣ ਤਾਂ ਜੋ ਵਿਕਾਸ ਦੇ ਤੁਸੀਂ ਵੀ ਸਾਰਥੀ ਬਣੋ। ਬਾਜਵਾ ਵੱਲੋਂ ਕੂੜਾ ਡੰਪ ਦੇ ਕੰਮ ਵਿੱਚ ਹੋ ਰਹੀ ਦੇਰੀ ਨੂੰ ਕਾਨੂੰਨੀ ਅੜਚਣਾਂ ਨਾਲ ਸੰਬੰਧਿਤ ਉਹਨਾਂ ਦੱਸਿਆ। ਉਹਨਾਂ ਕਿਹਾ ਕਿ ਇਸ ਕੰਮ ਨੂੰ ਸਿਰੇ ਚਾੜਨ ਲਈ ਸਾਰਾ ਪੈਸਾ ਨਗਰ ਕੌਂਸਲ ਵਿੱਚ ਆ ਚੁੱਕਾ ਹੈ, ਬਹੁਤ ਜਲਦ ਇਹ ਪ੍ਰੋਜੈਕਟ ਪੂਰਾ ਹੋ ਜਾਵੇਗਾ। ਅੰਮ੍ਰਿਤਸਰ ਰੋਡ 'ਤੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਵੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ, ਬਹੁਤ ਜਲਦ ਇਸ ਨੂੰ ਵੀ ਸਿਰੇ ਚਾੜ ਦਿੱਤਾ ਜਾਵੇਗਾ। ਇਹ ਹਰੀ ਝੰਡੀ ਦਿੱਤੀ ਜੇ ਉਹਦੇ ਮੁਤਾਲਕ ਥੋੜ੍ਹੀ ਜਿਹੀ ਕੋਈ ਗੱਲ ਦੱਸ। ਅਸੀਂ ਜਿਹੜਾ ਸ਼ਹਿਰ ਨੂੰ ਪੰਜਾਬ ਨੂੰ ਸਵੱਛ ਰੱਖਣ ਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਮਿਸ਼ਨ ਹੈ, ਉਹਦੇ ਥੱਲੇ ਅਸੀਂ ਈ ਰਿਕਸ਼ੇ ਇੱਥੇ ਲਿਆਉਂਦੇ ਨੇ ਜਿਹੜੇ ਸ਼ਹਿਰ ਦੀ ਗੰਦਗੀ ਚੁੱਕ ਕੇ ਜਿਹੜਾ ਡੰਪ ਬਣੇਗਾ ਉੱਥੇ ਖੜਿਆ ਕਰਨਗੇ ਤਾਂ ਜੋ ਸ਼ਹਿਰ ਸਾਫ਼ ਰਹੇ। ਜਿਹੜਾ ਪਹਿਲਾ ਡੰਪ ਹੈ ਉਹਨੂੰ ਵੀ ਕਿਸੇ ਪਾਸੇ ਲਾਉਣ ਦਾ ਪ੍ਰਬੰਧ ਹੈ, ਸੋ ਉਹਦੇ ਵਾਸਤੇ ਅਸੀਂ ਅੱਜ ਈ ਰਿਕਸ਼ੇ ਲਿਆਉਂਦੇ ਅਤੇ ਉਹਨਾਂ ਨੂੰ ਚਾਲੂ ਕਰਨ ਲਈ ਬਣਾਉਂਦੇ। ਫਤਿਹਗੜ੍ਹ ਚੂੜੀਆਂ ਵਾਸਤੇ ਵਿਕਾਸ ਵਾਸਤੇ ਕਿੰਨੀ ਰਕਮ ਜਿਹੜੀ ਹੈ ਇਸ ਵਕਤ? ਚੂੜੀਆਂ ਵਿਕਾਸ ਲਈ 5 ਕਰੋੜ ਦੀ ਰਕਮ ਆ ਗਈ ਹੈ, 5 ਕਰੋੜ ਲੱਗ ਜਾਵੇਗਾ ਜਿਹਦੇ 22 ਤਰੀਕ ਨੂੰ ਟੈਂਡਰ ਖੁੱਲ੍ਹਦੇ ਨੇ, ਜਦੋਂ 5 ਕਰੋੜ ਲੱਗ ਜਾਵੇਗਾ ਫਿਰ ਜਿਹੜੀ ਹੋਰ ਲੋੜ ਹੋਵੇਗੀ ਉਹ ਵੀ ਲਿਆ। ਸਰ ਕਾਂਗਰਸ ਵੀ ਅਕਾਲੀ ਦਲ ਦੇ ਰਾਹ 'ਤੇ ਚੱਲ ਪਈ ਆ ਕਿ ਜਿਹੜੇ ਅਧਿਆਪਕ ਹੈ ਉਹਨਾਂ 'ਤੇ ਉਹਨਾਂ ਦੀ ਸੇਵਾ ਕੀਤੀ ਜਾਵੇ? ਚਲੋ ਇਹ ਮੈਨੂੰ ਉੱਥੇ ਕੀ ਹਾਲਾਤ ਸਰ ਵਿਚਾਰੇ ਕੀ ਗੱਲ ਹੋਈ ਹੈ ਮੈਨੂੰ ਇਹ ਪਤਾ ਨਹੀਂ ਵੀ ਕਿਹੋ ਜਿਹਾ ਲਾ ਐਂਡ ਆਰਡਰ ਸੀ, ਸਿਚੁਏਸ਼ਨ ਸੀ ਉਦੋਂ ਕੀ ਉਹ ਲੋਕਾਂ ਨੂੰ ਐਕਸ਼ਨ ਲੈਣਾ ਪਿਆ, ਇਹ ਉੱਥੋਂ ਦੇ ਅਫਸਰ ਦੱਸ ਸਕਦੇ ਨੇ ਜਾਂ ਉੱਥੇ ਲੀਡਰ ਦੱਸ। ਹਮ ਵਿਕਟਰੀ ਇਲੈਕਟ੍ਰਿਕ ਇੰਟਰਨੈਸ਼ਨਲ ਫਤਿਹਗੜ੍ਹ ਚੂੜੀਆਂ ਮੇਂ ਖੜੇ ਹੈਂ, ਯਹਾਂ ਪੇ ਹਮੇਂ ਲਾਨੇ ਵਾਲੇ ਤ੍ਰਿਪਤ ਸਿੰਘ ਰਾਜਿੰਦਰ ਸਿੰਘ ਬਾਜਵਾ ਜੀ ਹੈ, ਜੋ ਇੱਕ ਕੈਬਨਿਟ ਮੰਤਰੀ ਹੈ। 20 ਮਈ 2018 ਕੋ ਮੈਂ ਉਨਸੇ ਡਾਇਰੈਕਟ ਮਿਲੀ ਥੀ ਔਰ ਉਨ੍ਹੋਂਨੇ ਮੇਰੇ ਇਸ ਪ੍ਰੋਜੈਕਟ ਕੋ ਸਮਝਾ, ਵਿਦ ਇਨ 15 ਮਿੰਟਸ ਉਨ੍ਹੋਂਨੇ ਆਪਣੇ ਇਲਾਕੇ ਕੇ ਲਈ ਡਿਸੀਜ਼ਨ ਲਿਆ। ਜਬਕਿ ਹਮਨੇ ਕਹਾ ਕਿ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਜੈਸੀ ਜਗ੍ਹਾ ਮੈਂ ਹਮੇਂ ਕਾਮ ਕਰਨੇ ਕਾ ਮੌਕਾ ਮਿਲੇ, ਤੋ ਉਨ੍ਹੋਂਨੇ ਇੱਕ ਹੀ ਵਰਡਸ ਮੈਂ ਬੋਲਾ ਕਿ ਮੇਰਾ ਫਤਿਹਗੜ੍ਹ ਚੂੜੀਆਂ ਅਗਰ ਡਿਵਲਪ ਹੋ ਜਾਤਾ ਹੈ ਤੋ ਆਪਕਾ ਪੂਰਾ ਪੰਜਾਬ ਡਿਵਲਪ ਹੋਗਾ ਔਰ ਹਮ ਸ਼ੁਕਰਗੁਜ਼ਾਰ ਹੈ। ਇਹ ਜੋ ਗਾੜੀਆਂ ਹੈ ਆਪ ਜੋ ਮੇਰੇ ਪਿੱਛੇ ਦੇਖ ਰਹੇ ਹੈ, ਇਹ 100 ਕਿਲੋਮੀਟਰ ਚਲਤੀ ਹੈ, ਪੂਰੀ ਇਲੈਕਟ੍ਰਿਕ ਹੈ, ਸਰਕਾਰ ਕਾ ਪੈਟਰੋਲ ਡੀਜ਼ਲ ਕਾ ਖਰਚਾ ਬਚੇਗਾ, ਇਹ ਈਕੋ ਫ੍ਰੈਂਡਲੀ ਹੈ, ਇਹ ਪੂਰੇ ਗੀਲਾ ਕੂੜਾ ਔਰ ਸੁੱਖਾ ਕੂੜਾ ਦੋਨੋਂ ਕੋ ਅਲੱਗ ਅਲੱਗ ਆਪ ਡਾਲ ਸਕਤੇ ਹੈ ਔਰ ਇਹ ਕਵਰਡ ਹੈ, ਜਿਸਸੇ ਕਿ ਆਨੇ ਵਾਲੇ ਵਕਤੋਂ ਮੇਂ ਕਭੀ ਕਿਸੀ ਕੋ ਕੋਈ ਬਿਮਾਰੀ ਵੀ ਨਹੀਂ ਲਗੇਗੀ। ਔਰ ਜੋ ਇਹ ਹਮ ਲੋਗ ਯਹਾਂ ਪੇ ਆਜ ਖੜੇ ਹੈ ਫਤਿਹਗੜ੍ਹ ਚੂੜੀਆਂ ਮੇਂ, ਤੋ ਮੈਂ ਥੈਂਕਸ ਕਰਤੀ ਹੂੰ ਫਤਿਹਗੜ੍ਹ ਚੂੜੀਆਂ ਕੇ ਲੋਗੋ ਕਾ ਔਰ ਕੈਬਿਨੇਟ ਮਿਨਿਸਟਰ ਸ਼੍ਰੀ ਬਾਜਪਾ ਸਾਹਿਬ ਜੀ ਕਾ, ਜਿਨ੍ਹੋਂਨੇ ਮੇਰੀ ਇੱਕ ਲੇਡੀਜ਼ ਕੋ ਵੁਮਨ ਇੰਪਾਵਰਮੈਂਟ ਕੇ ਅੰਦਰ ਇਤਨੀ ਬੜੀ ਸ਼ਕਤੀ ਦੀ ਕਿ ਮੈਂ ਮਿਊਨਿਸਪਲ ਕੋਆਪਰੇਸ਼ਨਸ ਮੇਂ ਆ ਕੇ ਡੈਮੋ ਵੀ ਦਿਖਾ ਸਕੂੰ ਔਰ ਉਨ੍ਹੋਂਨੇ ਨਾਰੀ ਸ਼ਕਤੀ ਕੋ ਵੀ ਆਗੇ ਬੜਾਇਆ, ਆਪਣੇ ਫਤਿਹਗੜ੍ਹ ਚੂੜੀਆਂ ਕੋ ਵੀ ਆਗੇ ਬੜਾਇਆ ਔਰ ਆਪ ਸਭ ਕੇ ਵਿਕਾਸ ਕੀ ਅੱਛੀ ਕਾਮਨਾ ਕਰਤੇ ਹੋਏ ਉਨ੍ਹੋਂਨੇ ਹਮੇਂ ਯਹਾਂ ਪੇ ਇੰਟਰੋਡਿਊਸ ਕੀਆ। ਧੰਨਵਾਦ। ਥੈਂਕ ਯੂ ਮੈਮ। ਪੰਕਜ ਪਾਂਧੀ, ਦਿਵਿਆ ਪੰਜਾਬ ਟੀਵੀ, ਫਤਿਹਗੜ੍ਹ ਚੂੜੀਆਂ।